ਵਾਇਕਰੋ ਜੀ ਖਾਲਸਾ ਵਾਇਕਰੋ ਜੀ ਫਤਿਹ ਦੋਸਤੋ ਫਿਰ ਗੱਲ ਕਰਾਂਗੇ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਬਾਰੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਤੁਸੀਂ ਲੈ ਸਕਦੇ ਹੋ ਜੇਕਰ ਤੁਹਾਡੇ 5.5 ਬੈਂਡ ਨੇ ਕਈ ਸਰ ਲੋਕਾਂ ਦੇ ਸਵਾਲ ਨੇ ਕਿ 5.5 ਬੈਂਡ ਕਿਵੇਂ ਪੋਸੀਬਲ ਹੈ ਜਦੋਂ 6 ਸੀ ਚ ਰਿਕੁਆਇਰ ਨੇ ਠੀਕ ਹੈ ਤਾਂ 5.5 ਪੋਸੀਬਲ ਕਿਵੇਂ ਅਸੀਂ ਕਹਿ ਦਿੰਦੇ ਕਿ ਓਵਰਾਲ 5.5 ਜੇਕਰ ਤੁਹਾਡੇ 5 ਬੈਂਡ ਵੀ ਹੈਗੇ ਨੇ ਤਾਂ ਵੀ ਤੁਹਾਡਾ ਵੀਜ਼ਾ ਲੱਗ ਸਕਦਾ ਹੈਗਾ ਲੋਕ ਨਹੀਂ ਮੰਨਦੇ ਲੋਕ ਕਹਿੰਦੇ ਕਿਵੇਂ ਪਰ ਪੋਸੀਬਲ ਹੈ ਕਿਉਂਕਿ ਤੁਸੀਂ ਜੇ ਵੋਕੇਸ਼ਨਲ ਕੋਈ ਕੋਰਸ ਲੈਣੇ ਹੋ ਵੋਕੇਸ਼ਨਲ ਦੇ ਕੋਰਸ ਦੇ ਵਿੱਚ ਆਇਲਰਡ ਸਾਢੇ 5 ਦੀ ਡਿਮਾਂਡ ਹੈਗੀ ਹੈ ਸਾਢੇ 5 ਓਵਰਾਲ ਸਾਢੇ 5 ਜੇ ਤੁਸੀਂ ਪਲੱਸ 2 2018 2019 2021 ਵਿੱਚ ਕੀਤੀ ਹੈਗੀ ਹੈ ਤੁਹਾਡੇ ਸਾਢੇ 5 ਬੈਂਡ ਨੇ ਓਵਰਾਲ ਸਾਢੇ 5 ਬੈਂਡ ਨੇ ਤੇ ਤੁਹਾਡੇ 55% ਨੰਬਰ ਯੂ ਆਰ ਰਿਲੀਜੀਬਲ ਫਾਰ australia study visa so australia study visa 5.5 ਬੈਂਡ ਤੇ ਵੀ ਪੋਸੀਬਲ ਹੈਗਾ ਹਾਂ ਹਾਇਰ ਐਜੂਕੇਸ਼ਨ ਵਾਸਤੇ ਜਰੂਰ ਜਿਹੜਾ ਹੈਗਾ ਹਾਈਲੈਟ ਸਕੋਰ 6 ਇਚ ਯੂਨੀਵਰਸਿਟੀ ਦੇ ਵਿੱਚ ਜੇ ਤੁਸੀਂ ਕਿਸੇ ਕਾਲਜ ਵਿੱਚ ਵੋਕੇਸ਼ਨਲ ਦੇ ਵੀ ਜਾਂਦੇ ਹੋ ਠੀਕ ਹੈ ਜੀ ਤਾਂ ਤੁਹਾਨੂੰ 5.5 ਬੈਂਡ ਤੇ ਵੀਜ਼ਾ ਮਿਲ ਜਾਂਦਾ ਹੈ ਜੇ ਤੁਸੀਂ ਯੂਨੀਵਰਸਿਟੀ ਚੂਜ਼ ਕਰਦੇ ਹੋ ਹਾਇਰ ਐਜੂਕੇਸ਼ਨ ਚੂਜ਼ ਕਰਦੇ ਹੋ ਫਿਰ ਤੁਹਾਨੂੰ 6 ਈਚ ਦੀ ਜਿਹੜੀ ਹੈਗੀ ਰਿਕੁਆਇਰਮੈਂਟ ਰਹਿੰਦੀ ਹੈਗੀ ਹੈ ਸੋ ਹੁਣ ਤੁਸੀਂ ਜਿਹੜਾ ਹੈਗਾ ਵਿਦਆਊਟ ਕਿਸੇ ਰਿਸਕ ਤੋਂ ਵੀ ਅਪਲਾਈ ਕਰ ਸਕਦੇ ਹੋ ਕਿਉਂਕਿ ਸਾਡੀ ਕੰਪਨੀਆਂ ਦੀ ਸਾਰੀ ਸਾਰੇ ਵੀਜ਼ੇ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਲੱਗੇਗਾ ਤੁਸੀਂ ਉਦੋਂ ਪੇ ਕਰਨਾ ਹੈਗਾ ਸੋ ਮੈਂ ਇੱਕ ਵਾਰ ਫੇਰ ਰਿਪੀਟ ਕਰਦਾ ਕਿ ਜੇ ਤੁਹਾਡੇ 5.5 ਬੈਂਡ ਨੇ ਤੁਹਾਡੇ 55% ਨੰਬਰ ਨੇ ਤੁਸੀਂ 1920 ਕੀ ਪਾਸ ਆਊਟ ਹੋ ਤਾਂ ਤੁਸੀਂ ਵੀ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ